ਆਪਣਾ ਨੇ ਨਾ ਮੈਨੂੰ ਕੀਤਾ ਕਿ ਮੈਂ ਨਾ ਤੁਹਾਨੂੰ 10 ਰੁਪਏ ਪਹਿਲਾਂ ਭੇਜਦਾ ਤੇ ਚੈੱਕ ਕਰਿਓ ਕਿ ਤੁਹਾਨੂੰ ਆਉਂਦੇ ਆ ਕਿ ਨਹੀਂ ਆਉਂਦੇ। ਉਹਨਾਂ ਨੇ ਮੈਨੂੰ 10 ਰੁਪਏ ਕੀਤੇ ਤੇ ਮੈਨੂੰ ਉਹਦਾ ਮੈਸੇਜ ਆ ਗਿਆ ਤੇ ਫਿਰ ਕਹਿੰਦਾ ਮੈਂ ਨਾ ਤੁਹਾਨੂੰ 4500 ਕਰਦਾ ਜਿਹੜੇ ਤੁਹਾਡੇ ਪਾਪਾ ਨੇ ਭੇਜੇ ਆ। ਬੈਲੈਂਸ ਚੈੱਕ ਕਰਨ ਦਾ ਮੈਨੂੰ ਟਾਈਮ ਹੀ ਨਹੀਂ ਦਿੱਤਾ, ਉਹਨਾਂ ਨੇ ਇੰਨਾ ਝਾਂਸੇ ਚ ਪਾ ਲਿਆ ਆਪਣੇ ਤੇ ਮੈਂ ਨਾ ਜਲਦੀ ਜਲਦੀ ਚ ਉਹਨਾਂ ਨੂੰ 10000 ਰੁਪਇਆ ਜਿਹੜਾ ਰੀਫੰਡ ਕਰਤਾ। ਤੇ ਤੁਹਾਨੂੰ ਵੀ ਸਾਰਿਆਂ ਨੂੰ ਪਤਾ ਮੈਂ ਬੜੀ ਮਿਹਨਤ ਨਾਲ ਜੋੜੇ ਸੀ ਪੈਸੇ, ਇੱਕ ਇੱਕ ਕਰਕੇ ਮੈਂ ਜੋੜਿਆ ਸੀ ਤੇ ਉਹਨਾਂ ਨੇ ਮਿੰਟ ਮੇਰੇ ਅਕਾਊਂਟ 'ਚ ਜਿਹੜਾ 10000 ਰੁਪਇਆ ਕਢਵਾ ਲਿਆ। ਮੈਂ ਮੰਗਿਆ ਸੀ ਕਰਦਿਆਂ, ਗਰੀਬ ਘਰ ਦੀ ਮੈਂ ਹੈਗੀ ਹਾਂ, ਬੜੀ ਮਿਹਨਤ ਨਾਲ ਮੈਂ ਜੋੜੇ ਪੈਸੇ, ਮੇਰਾ ਭਰਾ ਬਹੁਤ ਛੋਟਾ, ਮੇਰੀ ਮੰਮੀ ਨਹੀਂ ਹੈਗੀ, ਪਾਪਾ ਮੇਰੇ ਮਿਹਨਤ ਕਰਕੇ ਪੈਸੇ ਕਮਾਉਂਦੇ ਆ, ਮੇਰੇ ਜਲਦੀ ਤੋਂ ਜਲਦੀ ਜਿਹੜੇ ਪੈਸੇ ਆ ਵਾਪਸ ਕੀਤੇ ਹੋਣ ਮੈਨੂੰ। ਸਾਈਬਰ ਠੱਗੀ ਦੇ ਕਈ ਮਾਮਲੇ ਸਾਹਮਣੇ ਆ ਰਹੇ ਨੇ, ਪਰ ਸ਼ਾਤਿਰ ਸਾਈਬਰ ਠੱਗ ਰੋਜ਼ ਨਵੇਂ ਤਰੀਕੇ ਅਪਣਾ ਕੇ ਲੋਕਾਂ ਨੂੰ ਆਪਣੇ ਝਾਂਸੇ 'ਚ ਲੈ ਰਹੇ ਨੇ। ਹੁਣ ਬਿਊਟੀ ਪਾਰਲਰ ਵਿੱਚ ਕੰਮ ਕਰਦੀ ਇੱਕ ਗਰੀਬ ਪਰਿਵਾਰ ਦੀ ਧੀ ਇਹਨਾਂ ਸ਼ਾਤਿਰ ਸਾਈਬਰ ਠੱਗਾਂ ਦੀ ਠੱਗੀ ਦਾ ਸ਼ਿਕਾਰ ਹੋਈ ਹੈ। ਸਾਈਬਰ ਠੱਗਾਂ ਵੱਲੋਂ ਉਸਦੇ ਪਿਤਾ ਦੇ ਵੱਲੋਂ ਪੈਸੇ ਭੇਜਣ ਦਾ ਝਾਂਸਾ ਦੇ ਕੇ 10000 ਰੁਪਏ ਦੀ ਠੱਗੀ ਕੀਤੀ ਗਈ ਹੈ। ਪੀੜਤ ਨੇ ਰੋ ਰੋ ਕੇ ਸਾਰੀ ਹੱਡ ਬੀਤੀ ਦੱਸੀ ਹੈ। ਉਸਨੇ ਕਿਹਾ ਕਿ ਪਹਿਲਾਂ 10 ਰੁਪਏ ਉਸਦੇ ਖਾਤੇ ਵਿੱਚ ਪਾਏ ਗਏ, ਜਿਸ ਤੋਂ ਬਾਅਦ ਉਸਨੂੰ 45000 ਦਾ ਮੈਸੇਜ ਭੇਜ ਕੇ ਉਸ ਤੋਂ 10000 ਰੁਪਏ ਵਾਪਸ ਲੈ ਲਏ ਗਏ ਅਤੇ ਉਸਨੂੰ ਠੱਗੀ ਦਾ ਸ਼ਿਕਾਰ ਬਣਾਇਆ ਗਿਆ। ਕੀ ਨਾਮ ਹੈ ਤੁਹਾਡਾ ਤੇ ਕੀ ਤੁਹਾਡੇ ਨਾਲ ਜਿਹੜਾ ਫਰਾਡ ਹੋਇਆ? ਮੇਰਾ ਨਾਮ ਸਰਬਜੀਤ ਹੈ, ਦਰਾਂਗਲੇ ਸ਼ਹਿਰ ਦੀ ਮੈਂ ਰਹਿਣ ਵਾਲੀ ਹਾਂ। ਮੈਨੂੰ ਨਾ ਇੱਕ ਅਨਵਰ ਨੰਬਰ ਤੋਂ ਕਾਲ ਆਈ ਤੇ ਉਹਨਾਂ ਨੇ ਬੋਲਿਆ ਕਿ ਤੁਹਾਡੇ ਪਾਪਾ ਨੇ ਨਾ ਤੁਹਾਨੂੰ ਪੈਸੇ ਟ੍ਰਾਂਸਫਰ ਕਰਨੇ ਸੀ ਤੇ ਉਹ ਮੈਨੂੰ ਤੁਹਾਡਾ ਨੰਬਰ ਦੇ ਕੇ ਗਏ ਆ, ਨਾਲੇ ਪੈਸੇ ਦੇ ਕੇ ਗਏ ਆ ਤੇ ਤੁਸੀਂ ਕੀ ਯੂਜ਼ ਕਰਦੇ ਹੋ? ਮੈਂ ਉਹਨਾਂ ਨੂੰ ਬੋਲਿਆ ਕਿ ਮੈਂ ਗੂਗਲ ਪੇ ਯੂਜ਼ ਕਰਦੀ ਹਾਂ ਤੇ ਉਹਨਾਂ ਨੇ ਨਾ ਮੈਨੂੰ ਕੀਤਾ ਕਿ ਮੈਂ ਨਾ ਤੁਹਾਨੂੰ 10 ਰੁਪਏ ਪਹਿਲਾਂ ਭੇਜਦਾ ਤੇ ਚੈੱਕ ਕਰਿਓ ਕਿ ਤੁਹਾਨੂੰ ਆਉਂਦੇ ਆ ਕਿ ਨਹੀਂ ਆਉਂਦੇ। ਉਹਨਾਂ ਨੇ ਮੈਨੂੰ 10 ਰੁਪਏ ਕੀਤੇ ਤੇ ਮੈਨੂੰ ਉਹਦਾ ਮੈਸੇਜ ਆ ਗਿਆ ਤੇ ਫਿਰ ਕਹਿੰਦਾ ਮੈਂ ਨਾ ਤੁਹਾਨੂੰ 4500 ਕਰਦਾ ਜਿਹੜੇ ਤੁਹਾਡੇ ਪਾਪਾ ਨੇ ਭੇਜੇ ਆ। ਤੇ ਉਹਨਾਂ ਨੇ ਨਾ ਮੈਨੂੰ 4500 ਰੁਪਏ ਕੀਤਾ ਤੇ ਪਰ ਉਹਦੀ ਜਗ੍ਹਾ ਤੇ 45000 ਦਾ ਮੈਸੇਜ ਆ ਗਿਆ ਸੀ ਤੇ ਉਹਨਾਂ ਨੇ ਕਿਹਾ ਕਿ ਤੁਸੀਂ ਨਾ ਮੈਂ ਤੁਹਾਨੂੰ 4500 ਕਰਨਾ ਸੀ ਤੇ 45000 ਆ ਗਿਆ ਤੇ ਜਿਹੜੇ ਮੇਰੇ ਬਾਕੀ ਦੇ ਪੈਸੇ ਆ ਤੁਸੀਂ ਮੈਨੂੰ ਰੀਫੰਡ ਕਰ ਦਿਓ। ਤੇ ਉਹ ਨਾ ਮੈਂ ਚੈੱਕ ਕੀਤਾ, ਬੈਲੈਂਸ ਚੈੱਕ ਕਰਨ ਦਾ ਮੈਨੂੰ ਟਾਈਮ ਹੀ ਨਹੀਂ ਦਿੱਤਾ, ਉਹਨਾਂ ਨੇ ਇੰਨਾ ਝਾਂਸੇ ਚ ਪਾ ਲਿਆ ਆਪਣੇ ਤੇ ਮੈਂ ਨਾ ਜਲਦੀ ਜਲਦੀ ਚ ਉਹਨਾਂ ਨੂੰ 10000 ਰੁਪਇਆ ਜਿਹੜਾ ਰੀਫੰਡ ਕਰਤਾ। ਤੇ ਤੁਹਾਨੂੰ ਵੀ ਸਾਰਿਆਂ ਨੂੰ ਪਤਾ ਮੈਂ ਬੜੀ ਮਿਹਨਤ ਨਾਲ ਜੋੜੇ ਸੀ ਪੈਸੇ, ਇੱਕ ਇੱਕ ਕਰਕੇ ਮੈਂ ਜੋੜਿਆ ਸੀ ਤੇ ਉਹਨਾਂ ਨੇ ਮਿੰਟ ਮੇਰੇ ਅਕਾਊਂਟ 'ਚ ਜਿਹੜਾ 10000 ਰੁਪਇਆ ਕਢਵਾ ਲਿਆ। ਜਿਹੜੇ ਤੁਹਾਡੇ ਪੈਸੇ ਆ ਇਹ ਜਿਹੜੇ ਤੁਹਾਡੇ ਕੋਲ ਲਏ ਆ ਇਹਨਾਂ ਨੇ, ਫਾਦਰ ਤੁਹਾਡੇ ਕੀ ਬਾਹਰ ਕਿਤੇ ਕੰਮ ਕਰਦੇ ਸੀ ਤੋਂ ਜਿਸ ਤਰ੍ਹਾਂ ਉਹਨਾਂ ਨੇ ਕਿਹਾ ਵੀ ਤੁਹਾਡੇ ਪੈਸੇ ਜਿਹੜੇ ਭੇਜਣੇ ਆ? ਪਾਪਾ ਮੇਰੇ ਨਾਲ ਜੰਮੂ ਕੰਮ ਕਰਦੇ ਆ, ਪਹਿਲਾਂ ਵੀ ਮੈਨੂੰ ਪੈਸੇ ਪਾਉਂਦੇ ਆ ਪਰ ਉਹ ਨਾ ਮੈਨੂੰ ਹਮੇਸ਼ਾ ਬੈਂਕ ਥਾਂ ਨਹੀਂ ਪਾਉਂਦੇ ਆ ਤੇ ਮੈਨੂੰ ਪਤਾ ਨਹੀਂ ਲੱਗਾ ਕਿ ਉਹ ਹਮੇਸ਼ਾ ਹੀ ਬੈਂਕ ਥਾਂ ਨਹੀਂ ਪਾਉਂਦੇ ਆ, ਦਿਮਾਗ ਮੇਰਾ ਖਰਾਬ ਹੋ ਗਿਆ। ਤੇ ਉਹਨਾਂ ਨੇ ਮੈਨੂੰ ਨਾ ਇਦਾਂ ਹੀ ਬੋਲਿਆ ਕਿ ਗੂਗਲ ਪੇ 'ਚ ਉਹਨਾਂ ਨੇ ਕਿਹਾ ਤੁਹਾਨੂੰ ਪਾਉਣੇ ਆ ਤੇ ਉਹਨਾਂ ਨੇ ਮੈਨੂੰ ਨਾ ਮੈਸੇਜ ਫਰੋਡ ਮੈਸੇਜ ਕੀਤਾ ਸੀ ਪਰ ਮੈਂ ਚੈੱਕ ਹੀ ਨਹੀਂ ਕੀਤਾ ਆਪਣਾ ਬੈਂਕ ਬੈਲੈਂਸ। ਮੈਂ ਪੁਲਿਸ ਸਟੇਸ਼ਨ ਵੀ ਗਈ ਉਹਨਾਂ ਦੀ ਰਿਪੋਰਟ ਕਰਨ ਪਰ ਉਹਨਾਂ ਨੇ ਵੀ ਦਰਜ ਨਹੀਂ ਕੀਤੀ ਹੈਗੀ। ਕੀ ਕਿਹਾ ਪੁਲਿਸ ਸਟੇਸ਼ਨ ਵਾਲੇ ਨੇ? ਕੀ ਕਿਹਾ ਤਾਂ ਉਹ ਬੋਲਦੇ ਆ ਗੁਰਦਾਸਪੁਰ ਕ੍ਰਾਈਮ ਵਾਲਿਆਂ ਕੋ ਜਾਓ SBI 'ਚ, ਕ੍ਰਾਈਮ ਸੈੱਲ ਜਿਹੜਾ ਹੈਗਾ ਸਾਈਬਰ ਕ੍ਰਾਈਮ ਸੈੱਲ ਉੱਥੇ ਤੁਹਾਨੂੰ। ਹਾਂਜੀ ਹਾਂਜੀ ਉੱਥੇ ਉਹਨਾਂ ਨੇ ਬੋਲਿਆ ਕਿ ਜਾਓ। ਤੁਸੀਂ ਹੋਰ ਦੱਸ ਰਹੀ ਸੀ ਵੀ ਜਿਹੜਾ ਤੁਸੀਂ ਉਹ ਟੋਲ ਫ੍ਰੀ ਨੰਬਰ ਜਿਹੜਾ ਉੱਤੇ ਵੈਬਸਾਈਟ ਤੇ? ਹਾਂਜੀ ਉਹਨਾਂ ਨੇ ਨਾ ਮੇਰਾ ਇੱਕ ਆਨਲਾਈਨ ਫਾਰਮ ਵੀ ਭਰਿਆ ਸੀ ਤੇ ਉਹ ਫਾਰਮ ਉਹਨਾਂ ਨੇ ਸਬਮਿਟ ਕੀਤਾ ਤੇ ਉਹ ਕਹਿੰਦੇ ਕਿ ਤੁਹਾਨੂੰ ਥੋੜੀ ਦੇਰ ਬਾਅਦ ਇੱਥੇ OTP ਆਏਗਾ ਹਨਾ ਤੇ ਉਹ ਤੁਹਾਡੇ ਕੋਲ ਡਿਟੇਲ ਪੁੱਛਣਗੇ। ਮੈਂ ਨਾ ਉੱਤੇ ਕਾਲ ਲਗਾ ਕੇ ਦੇਖੀ ਤੇ ਉਹ ਵੀ ਅੱਗੋਂ ਕਹਿੰਦੇ ਕਿ ਤੁਹਾਡੀ ਆਪਾਂ ਕੰਪਲੇਂਟ ਦਰਜ ਕਰਾਂਗੇ ਪਰ ਉਹਦਾ ਨਾ ਤੁਹਾਡੇ ਕੋਲ 850 ਰੁਪਏ ਜਿਹੜਾ ਉਹਨੂੰ ਰੀਚਾਰਜ ਕਰਨੇ ਪੈਣਾ ਤੁਹਾਨੂੰ ਤੇ ਫਿਰ ਤੁਹਾਡੇ 72 ਘੰਟੇ ਦੇ ਅੰਦਰ ਅੰਦਰ ਆਪਾਂ ਤੁਹਾਡੇ ਪੈਸੇ ਭੇਜਾਂਗੇ। ਜਿਹੜਾ 850 ਰੁਪਏ ਜਿਹੜਾ ਤੁਹਾਡੇ ਕੋਲ ਡਿਮਾਂਡ ਕਰ ਰਹੇ ਸੀਗੇ ਉਹ ਕਿਹੜੀ ਜਿਹੜਾ ਟੋਲ ਫ੍ਰੀ ਨੰਬਰ ਤੇ ਫੋਨ ਕੀਤਾ ਸੀ ਉਹਦੇ ਥੱਲੇ ਕਿਤੇ ਨੰਬਰ ਆ ਰਿਹਾ ਸੀ? ਹਾਂਜੀ ਹਾਂਜੀ। ਹੁਣ ਕੀ ਮੰਗ ਕਰਦੇ ਹੋ ਤੁਸੀਂ ਪੁਲਿਸ ਵਾਲੇ? ਮੈਂ ਮੰਗਿਆ ਹੀ ਕਰਦੇ ਆ, ਗਰੀਬ ਘਰ ਦੀ ਮੈਂ ਹੈਗੀ ਆ, ਬੜੀ ਮਿਹਨਤ ਨਾਲ ਮੈਂ ਜੋੜੇ ਪੈਸੇ, ਮੇਰਾ ਭਰਾ ਬਹੁਤ ਛੋਟਾ, ਮੇਰੀ ਮੰਮੀ ਨਹੀਂ ਹੈਗੀ, ਪਾਪਾ ਮੇਰੇ ਮਿਹਨਤ ਕਰਕੇ ਪੈਸੇ ਕਮਾਉਂਦੇ ਆ, ਮੇਰੇ ਜਲਦੀ ਤੋਂ ਜਲਦੀ ਜਿਹੜੇ ਪੈਸੇ ਆ ਵਾਪਸ ਕੀਤੇ ਹੋਣ ਮੈਨੂੰ। ਪੀੜਤ ਦਾ ਇਲਜ਼ਾਮ ਹੈ ਕਿ ਇਸ ਮਾਮਲੇ 'ਚ ਪੁਲਿਸ ਨੇ ਸ਼ਿਕਾਇਤ ਤੱਕ ਦਰਜ ਨਹੀਂ ਕੀਤੀ। ਉਸਦੀ ਮਾਤਾ ਦੀ ਮੌਤ ਹੋ ਚੁੱਕੀ ਹੈ ਤੇ ਮਿਹਨਤ ਕਰਕੇ ਆਪਣੇ ਪਰਿਵਾਰ ਨੂੰ ਪਾਲ ਰਹੀ ਹੈ। ਪੀੜਤ ਧੀ ਵੱਲੋਂ ਰੋ ਰੋ ਕੇ ਇਨਸਾਫ ਦੀ ਗੁਹਾਰ ਲਗਾਈ ਗਈ ਹੈ। ਫਿਲਹਾਲ ਇਸ ਮਾਮਲੇ 'ਚ ਪੁਲਿਸ ਦਾ ਪੱਖ ਸਾਹਮਣੇ ਨਹੀਂ ਆਇਆ ਹੈ। ਫਿਰੋਜ਼ਪੁਰ ਤੋਂ ਪਰਮਜੀਤ ਸਖਾਣਾ, ਪੰਜਾਬੀ ਲੋਕ ਚੈਨਲ।